ਦੋ ਬੰਦੇ ਸੀ ਜੋ ਬਿਲਕੁਲ ਇੱਕੋ ਜਿਹੇ ਹਾਲਾਤ ਵਿੱਚ ਪੈਦਾ ਹੋਏ। ਦੋਨਾਂ ਨੇ ਬਿਲਕੁਲ ਇੱਕੋ ਜਿਹੀ ਪੜ੍ਹਾਈ ਕੀਤੀ ਤੇ ਦੋਨਾਂ ਦਾ ਬਚਪਨ ਬਿਲਕੁਲ ਇੱਕੋ ਜਿਹਾ ਹੀ ਬਤੀਤ ਹੋਇਆ। ਦੋਵਾਂ ਨੇ ਹੀ ਸੁਪਨੇ ਦੇਖੇ ਤੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਜੀ ਜਾਨ ਲਾ ਕੇ ਮਿਹਨਤ ਕੀਤੀ ਤੇ ਅੰਤ ਵਿੱਚ ਦੋਵੇਂ ਹੀ ਆਪਣੇ ਸੁਪਨੇ ਪੂਰੇ ਕਰਨ ਵਿੱਚ ਕਾਮਯਾਬ ਹੋ ਗਏ। ਪਰ ਉਹਨਾਂ ਦੋਨਾਂ ਦੇ ਸੁਪਨਿਆਂ ਵਿੱਚ ਇੱਕ ਵੱਡਾ ਫਰਕ ਸੀ, ਜਿਸ ਕਾਰਨ ਇੱਕ ਤਾਂ ਬਹੁਤ ਵੱਡਾ ਤੇ ਮਹਾਨ ਇਨਸਾਨ ਬਣ ਗਿਆ ਪਰ ਦੂਸਰਾ ਇੱਕ ਮਿਡਲ ਕਲਾਸ ਹੀ ਬਣ ਕੇ ਰਹਿ ਗਿਆ, ਕਿਉਂਕਿ ਇੱਕ ਨੇ ਤਾਂ ਬਸ ਸੁਪਨੇ ਦੇਖੇ ਸੀ ਇੱਕ ਚੰਗੀ ਨੌਕਰੀ ਦੇ, ਇੱਕ ਛੋਟੇ ਜਿਹੇ ਘਰ ਦੇ, ਇੱਕ ਸੋਹਣੀ ਵਾਈਫ ਦੇ, ਬੱਚਿਆਂ ਦੀ ਚੰਗੀ ਪੜ੍ਹਾਈ ਦੇ, ਇੱਕ ਛੋਟੀ ਜਿਹੀ ਗੱਡੀ ਦੇ ਤੇ 60 ਸਾਲ ਦੀ ਉਮਰ ਦੇ ਬਾਅਦ ਕੰਫਰਟੇਬਲ ਰਿਟਾਇਰਮੈਂਟ ਦੇ। ਜਦਕਿ ਦੂਸਰੇ ਬੰਦੇ ਨੇ ਆਪਣੇ ਸੁਪਨੇ ਦੇਖਣ ਵਿੱਚ ਕਦੇ ਕੰਜੂਸੀ ਨਹੀਂ ਦਿਖਾਈ ਸੀ। ਉਸਨੇ ਸੁਪਨੇ ਦੇਖੇ ਸੀ $1 billion ਬਿਜ਼ਨਸ ਖੜਾ ਕਰਨ ਦੇ, ਲੈਂਬੋਰਗਿਨੀ, ਫਰਾਰੀ ਤੇ ਪ੍ਰਾਈਵੇਟ ਜੈੱਟ ਦੇ। ਉਸਨੇ ਸੁਪਨੇ ਦੇਖੇ ਸੀ ਇੱਕ ਸੁੰਦਰ ਵਾਈਫ ਦੇ, ਬੱਚਿਆਂ ਦੀ ਫੋਰਨ ਵਿੱਚ ਪੜ੍ਹਾਈ ਦੇ, ਇੱਕ ਆਲੀਸ਼ਾਨ ਘਰ ਦੇ ਤੇ ਜ਼ਰੂਰਤਮੰਦਾਂ ਲਈ ਕਰੋੜਾਂ ਰੁਪਏ ਦੀ ਚੈਰਿਟੀ ਡੋਨੇਟ ਕਰਨ ਦੇ। ਉਸਨੇ ਸੁਪਨਾ ਦੇਖੇ ਸੀ ਇੱਕ ਇਹੋ ਜਿਹੀ ਜ਼ਿੰਦਗੀ ਦੇ ਜੋ ਬਹੁਤ ਹੀ ਘੱਟ ਲੋਕਾਂ ਨੂੰ ਨਸੀਬ ਹੁੰਦੀ ਹੈ। ਸੋ ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਦੋਵੇਂ ਹੀ ਆਪਣੇ ਆਪਣੇ ਸੁਪਨੇ ਪੂਰੇ ਕਰਨ ਵਿੱਚ ਕਾਮਯਾਬ ਹੋ ਗਏ ਸੀ, ਪਰ ਉਹਨਾਂ ਦੋਨਾਂ ਨੂੰ ਮਿਲਿਆ ਉਹੀ ਕੁਛ ਜਿਸਦੇ ਉਹਨਾਂ ਨੇ ਸੁਪਨੇ ਦੇਖੇ ਸੀ। ਇੱਕ ਨੇ ਸੁਪਨੇ ਦੇਖੇ ਸੀ ਇੱਕ ਮੀਡੀਓਕਰ ਲਾਈਫ ਦੇ ਤੇ ਬਸ ਉਹ ਮੀਡੀਓਕਰ ਹੀ ਬਣ ਕੇ ਰਹਿ ਗਿਆ, ਜਦਕਿ ਦੂਸਰੇ ਨੇ ਸੁਪਨੇ ਦੇਖੇ ਸੀ ਜ਼ਿੰਦਗੀ ਵਿੱਚ ਬਹੁਤ ਕੁਛ ਹਾਸਿਲ ਕਰਨ ਦੇ ਤੇ ਆਖਿਰਕਾਰ ਉਹ ਫਿਰ ਇੱਕ ਮਹਾਨ ਇਨਸਾਨ ਬਣ ਹੀ ਗਿਆ। ਜ਼ਿਆਦਾਤਰ ਲੋਕ ਸੁਪਨੇ ਦਾ ਵੇਖਦੇ ਇੱਕ ਮੀਡੀਓਕਰ ਲਾਈਫ ਦੇ, ਮਿਹਨਤ ਵੀ ਬਸ ਉਨੀ ਕੁ ਹੀ ਕਰਦੇ ਹੈ, ਪਰ ਸ਼ਿਕਾਇਤ ਕਰਦੇ ਹੈ ਕਿ ਸਾਨੂੰ ਜ਼ਿੰਦਗੀ ਨੇ ਕੁਛ ਦਿੱਤਾ ਹੀ ਨਹੀਂ, ਤੇ ਅੱਗੋਂ ਫਿਰ ਜ਼ਿੰਦਗੀ ਜਵਾਬ ਦਿੰਦੀ ਹੈ ਕਿ ਜਨਾਬ ਜੋ ਕੁਛ ਤੁਸੀਂ ਮੰਗਿਆ ਸੀ ਮੈਂ ਉਹੀ ਤਾਂ ਤੁਹਾਨੂੰ ਦਿੱਤਾ, ਤੁਸੀਂ ਕਦੇ ਜ਼ਿਆਦਾ ਦੀ ਮੰਗ ਹੀ ਨਹੀਂ ਕੀਤੀ, ਕਦੇ ਜ਼ਿਆਦਾ ਦੀ ਭੁੱਖ ਹੀ ਨਹੀਂ ਦਿਖਾਈ, ਤਾਂ ਤੁਹਾਨੂੰ ਜ਼ਿਆਦਾ ਮਿਲਦਾ ਕਿਵੇਂ? ਜ਼ਿੰਦਗੀ ਵਿੱਚ ਕੁਛ ਵੱਡਾ ਹਾਸਿਲ ਕਰਨ ਦਾ ਸਭ ਤੋਂ ਈਜ਼ੀ ਤੇ ਸਭ ਤੋਂ ਪਹਿਲਾ ਸਟੈਪ ਹੈ ਵੱਡੇ ਸੁਪਨੇ ਦੇਖਣਾ। ਇਟਸ ਪ੍ਰੀਟੀ ਸਿੰਪਲ ਐਂਡ ਟੋਟਲੀ ਫ੍ਰੀ, ਫਿਰ ਵੀ ਜ਼ਿਆਦਾਤਰ ਲੋਕ ਇਹ ਪਹਿਲਾ ਸਟੈਪ ਹੀ ਨਹੀਂ ਚੱਕਦੇ। ਸੋ ਅੱਜ ਤੋਂ ਯਾਰ ਘੱਟੋ ਘੱਟ ਸੁਪਨੇ ਦੇਖਣ 'ਚ ਤਾਂ ਕੰਜੂਸੀ ਕਰਨੀ ਬੰਦ ਕਰੋ। ਜੇ ਤੁਸੀਂ ਵੱਡੇ ਸੁਪਨੇ ਦੇਖੋਗੇ ਤਾਂ ਹੀ ਤਾਂ ਉਹਨਾਂ ਨੂੰ ਪੂਰਾ ਕਰਨ ਲਈ ਵੱਡੇ ਐਕਸ਼ਨਸ ਲਓਗੇ, ਜ਼ਿਆਦਾ ਮਿਹਨਤ ਕਰੋਗੇ ਤੇ ਅੰਤ ਵਿੱਚ ਕੁਛ ਵੱਡਾ ਹਾਸਿਲ ਕਰ ਪਾਓਗੇ। ਇਹ ਸੀ ਅੱਜ ਦਾ ਕਵਿਕ ਮੋਰਨਿੰਗ ਮੋਟੀਵੇਸ਼ਨ। ਜੇ ਵੀਡੀਓ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਲਾਈਕ ਕਰਕੇ ਅੱਗੇ ਫਰੈਂਡਸ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜਨਾਬ, ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਤੁਸੀਂ ਫਾਲਤੂ ਦੀ ਕਮੇਡੀ ਕਲਿਪਸ ਦੇਖਣ ਦੀ ਜਗ੍ਹਾ ਤੇ ਕੁਛ ਚੰਗੀਆਂ ਚੀਜ਼ਾਂ ਦੇਖ ਰਹੇ ਹੋ। ਤੇ ਜੇ ਡੇਲੀ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਇਸੇ ਤਰ੍ਹਾਂ ਸ਼ਾਨਦਾਰ ਕਰਨਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ, ਕਿਉਂਕਿ ਇਸ ਤਰ੍ਹਾਂ ਦੇ ਮੀਨਿੰਗਫੁਲ ਕਵਿਕ ਮੋਟੀਵੇਸ਼ਨਲ ਵੀਡੀਓਜ਼ ਡੇਲੀ ਅਸੀਂ ਇਸ ਚੈਨਲ ਤੇ ਅਪਲੋਡ ਕਰਿਆ ਕਰਾਂਗੇ। ਥੈਂਕਸ ਫੋਰ ਵਾਚਿੰਗ, ਗੁੱਡ ਬਾਏ।